डीएसपी ऑफिस करतारपुर के बाहर बीएसपी पार्टी के वर्कर वालों डीएसपी से गंभीर दोष मढ़दिया धरना नुमाइश किया गया। प्रदर्शनकारियों का कहना है कि पुलिस ने राजनीतिक दबाव के चलदिया करतारपुर के पिंड नवा पिंड के दो लोगों पर झूठा गैंगरेप का मामला दर्ज किया। इस मौके प्रदर्शनकारियों ने कांग्रेस पार्टी और पुलिस प्रशासन से काफ़ी गंभीर दोष लगाए ने। सर की मामला की है? ये जेड़ा ना जेड़ा थाना करतारपुर आ जिहड़ियां डी एस पी करतारपुर सनिंदरपाल है उन्हां दी इंस्ट्रक्शन ते एक नजायज़ गैंगरेप का परचा दर्ज होया है और इत्थे एक नवा पिंड आ जिहड़े कांग्रेस के आगू आ जिन्हां नाल जिहड़े पिंड के दूजे लोग आ जिहड़े कि कांग्रेस नाल सहमत है नहीं उन्हां नाल काफ़ी लंबे समय तो रंजिश लगती चलती पई आ। वो कांग्रेस के जिहड़े लीडर आ ते डी एस पी करतारपुर आ इन्हां ने मिली भगत करके जिहड़े पिंड के दो मतलब पिंड के जिहड़े बंदे सीगे चेतराम आ जिहड़ा बजुर्ग आ 59 साल की एज आ और उन्होंने जिहड़ियां लड़कियां भी मैरिड आ और मौजूदा पिंड के पंच भी हैगे आ मतलब उन्होंने जिहड़ा नजायज़ जिहड़ा कोई इंसीडेंट ना कोई लेना देना नहीं सीगा उन्होंने नजायज़ बिना कोई उन्होंने पक्ष रखे का मौका दिते बगैर जिहड़ा गैंगरेप का झूठा जिहड़ा परचा जिहड़ा दर्ज किया आ उहदे विरोध के जिहड़ी उहदे फैमिली मैंबर जिथे आए आ और उन्होंने पक्ष के असी बहुजन समाज पार्टी वालों अज इत्थे धरना दिता। ਸਰ ਕਿੰਨੇ ਜਣੇ ਵਿੱਚ ਸ਼ਾਮਲ ਨੇ ਤੁਸੀਂ ਗੈਂਗਰੇਪ ਕਿਹਦੇ ਨਾਮ ਵਿੱਚ ਲਿਆ? ਸਰ ਦੋ ਬੰਦੇ ਆ। ਕੀ ਨਾਮ ਉਹਨਾਂ ਦਾ? ਉਹਦੇ ਵਿੱਚ ਇੱਕ ਚੇਤਰਾਮ ਆ ਤੇ ਇੱਕ ਓਮ ਪ੍ਰਕਾਸ਼ ਆ। ਕੀ ਕਾਰਵਾਈ ਇਹਨਾਂ ਨੇ ਕੀ ਕੀਤੀ ਪੁਲਿਸ ਨੇ? ਇਹਨਾਂ ਨੇ ਪੁਲਿਸ ਨੇ 376D ਦਾ ਜਿਹੜਾ ਮਤਲਬ ਗੈਂਗਰੇਪ ਦਾ ਪਰਚਾ ਆ ਉਹ ਇਹਨੇ ਕੀਤਾ ਹੈ ਲੇਡੀਜ਼ ਦੇ ਮਤਲਬ ਸੇਮ ਡੇ ਇਹ 31 ਤਰੀਕ ਨੂੰ ਪਰਚਾ ਦਰਜ ਹੋਇਆ ਆ ਮਤਲਬ ਸਵੇਰੇ ਹੀ ਪੁਲਿਸ ਜਿਹੜੀ ਲੇਡੀ ਆ ਉਹਨੇ ਕੰਪਲੇਂਟ ਦਿੱਤੀ ਨਾਲ ਹੀ ਡੀ ਐਸ ਪੀ ਨੇ ਇੰਸਟਰਕਸ਼ਨ ਦੇ ਦਿੱਤੀਆਂ ਐਸ ਐਚ ਓ ਕਰਤਾਰਪੁਰ ਨੂੰ ਵੀ ਇਮੀਡੀਏਟ ਜਿਹੜਾ ਪਰਚਾ ਜਿਹੜਾ ਦਰਜ ਕੀਤਾ ਜਾਵੇ। ਅਸੀਂ ਉਦੋਂ ਵੀ ਇਹਨਾਂ ਨੇ ਉਦਣ ਸਾਨੂੰ ਜਦੋਂ ਇਹ ਬੰਦੇ ਆਏ ਆ ਚੇਤਰਾਮ ਹੁਣੀ ਸਾਨੂੰ ਫੋਨ ਕੀਤਾ ਕਿਉਂਕਿ ਅਸੀਂ ਜਾਣਦੇ ਹਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਮੇਰਾ ਕੋਈ ਇਹ 'ਚ ਲੈਣਾ ਦੇਣਾ ਹੈ ਨਹੀਂ ਮੈਨੂੰ ਜ਼ਬਰਦਸਤੀ ਪਿੰਡ ਵਿੱਚ ਸਾਡੇ ਰੰਜਿਸ਼ ਚੱਲਦੀ ਕਿਉਂਕਿ ਕਾਂਗਰਸੀਆਂ ਨਾਲ ਕਾਂਗਰਸ ਆਗੂਆਂ ਨਾਲ ਬਈ ਇਸ ਕਰਕੇ ਮੈਨੂੰ ਨਜਾਇਜ਼ ਡੀ ਐਸ ਪੀ ਵੱਲੋਂ ਫਸਾਇਆ ਜਾ ਰਿਹਾ ਆ ਔਰ ਅਸੀਂ ਉਦੋਂ ਇਹਨਾਂ ਅਫਸਰਾਂ ਨੂੰ ਫੋਨ ਕੀਤਾ ਮੈਂ ਆਪ ਵੀ ਫੋਨ ਕੀਤਾ ਵੀ ਤੁਸੀਂ ਦੂਜੀ ਧਿਰ ਦਾ ਇੱਕ ਵਾਰੀ ਪੱਖ ਜਾਣੋ ਇਹਦੀ ਇਨਵੈਸਟੀਗੇਸ਼ਨ ਕਰ ਲਓ ਕਿਉਂਕਿ 376 ਬਹੁਤ ਵੱਡਾ ਮਸਲਾ ਹੁੰਦਾ ਆ ਵੀ ਇਹਦੇ ਵਿੱਚ ਨਜਾਇਜ਼ ਨਾ ਫਸਾਓ। ਇਹਨਾਂ ਨੇ ਕਿਸੇ ਦੀ ਕੁਛ ਨਹੀਂ ਸੁਣੀ ਤੇ ਉਹਨਾਂ ਤੇ ਜਿਹੜਾ ਨਜਾਇਜ਼ ਪਰਚਾ ਉਦਣ ਹੀ ਦਰਜ ਕਰ ਦਿੱਤਾ ਔਰ ਫਿਰ ਉਹ ਜਿਹੜਾ ਨਜਾਇਜ਼ ਪਰਚਾ ਕੀਤਾ ਤਾਂ ਕੀਤਾ ਹੀ ਆ ਉਹਨੂੰ ਸਾਰੇ ਮੀਡੀਆ 'ਚ ਸਰਕੂਲੇਟ ਕੀਤਾ ਮਤਲਬ ਇੱਦਾਂ ਉਹਨਾਂ ਦੀ ਰੈਪੂਟੇਸ਼ਨ ਬਿਨਾਂ ਕੋਈ ਹੁਣ ਸਾਨੂੰ ਕਹਿ ਰਹੇ ਵੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਵੀ ਇਹਦਾ ਮਤਲਬ ਤੁਸੀਂ ਬਿਨਾਂ ਜਦ ਇਨਵੈਸਟੀਗੇਸ਼ਨ ਹੀ ਨਹੀਂ ਹੋਈ ਪ੍ਰੋਪਰ ਤੇ ਤੁਸੀਂ ਮੀਡੀਆ 'ਚ ਕਿੱਦਾਂ ਚੱਲ ਗਏ? ਤੁਹਾਡੀ ਸਰ ਮੰਗ ਕੀ ਪੁਲਿਸ ਪ੍ਰਸ਼ਾਸਨ? ਅਸੀਂ ਇਹੀ ਆ ਵੀ ਜਿਹੜਾ ਜਿਹੜੇ ਉੱਚ ਅਫਸਰ ਆ ਅਸੀਂ ਇਹੀ ਮੰਗ ਕਰਦੇ ਹਾਂ ਵੀ ਇੱਕ ਤਾਂ ਜਿਹੜਾ ਪਰਚਾ ਆ ਇਹ ਰੱਦ ਕੀਤਾ ਜਾਵੇ ਸੈਕਿੰਡ ਇਹ ਆ ਵੀ ਜਿਹੜੇ ਇੱਦਾਂ ਦੇ ਅਫਸਰ ਆ ਨਜਾਇਜ਼ ਲੋਕਾਂ ਦੇ ਜਿਹੜੇ ਪਰਚੇ ਦਰਜ ਕਰਦੇ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਔਰ ਦੂਜਾ ਜਿਹੜਾ ਜਿਹੜੇ ਹਾਏ ਆ ਜਿਹੜੇ ਉੱਚ ਅਧਿਕਾਰੀ ਆ ਇਹ ਇੰਸ਼ੋਰ ਕਰਾਉਣ ਸਾਨੂੰ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਨਜਾਇਜ਼ ਪਰਚੇ ਕੀਤੇ ਆ ਵੀ ਇਹ ਜਿਹੜਾ ਰੰਜਿਸ਼ਨ ਆ ਕਿਉਂਕਿ ਪੁਲਿਸ ਕੋਈ ਮਤਲਬ ਇਹ ਨਹੀਂ ਪੁਲਿਸ ਨੇ ਲਾਅ ਮੁਤਾਬਕ ਚੱਲਣਾ ਹੁੰਦਾ ਨਾ ਕਿ ਪਾਰਟੀ ਮੁਤਾਬਕ ਚੱਲਣਾ ਹੁੰਦਾ ਵੀ ਇਹ ਅਫਸਰ ਇੰਸ਼ੋਰ ਕਰਾਉਣ ਵੀ ਫਿਊਚਰ ਦੇ ਵਿੱਚ ਇੱਦਾਂ ਦਾ ਕੋਈ ਇੰਸੀਡੈਂਟ ਨਹੀਂ। ਜੀ ਸਰ ਨਹੀਂ ਤੁਹਾਨੂੰ ਇਨਸਾਫ ਮਿਲਦਾ ਫਿਰ ਤੁਸੀਂ ਦੇਖੋ ਅਸੀਂ ਲੜੀਵਾਰ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਰਹੇ ਹਾਂ ਅੱਜ ਪਹਿਲਾਂ ਹੈਗਾ ਅੱਗੇ ਵੀ ਇੱਦਾਂ ਹੀ ਫਿਰ ਕਰਾਂਗੇ ਜਦ ਤੱਕ ਇਹ ਮਸਲਾ ਸਾਡੇ ਹੱਲ ਨਹੀਂ ਹੋ ਜਾਂਦਾ। ਸਰ ਲੇਡੀਜ਼ ਦਾ ਕੀ ਨਾਮ ਆ ਉਹਦਾ ਜਿਹੜਾ? ਲੇਡੀਜ਼ ਦਾ ਮੈਨੂੰ ਪਤਾ ਨਹੀਂ ਵੈਸੇ ਜਿਸ ਕੋਈ ਵੀ ਨਹੀਂ। ਇੱਕ ਲੇਡੀ ਕੁਲਵਿੰਦਰ ਕੌਰ ਵਾਈਫ ਆਫ ਜਗਦੀਸ਼ ਨਵਾਂ ਪਿੰਡ ਦੀ ਇੱਕ ਲੇਡੀ ਸੀਗੀ ਜੀ 35 ਸਾਲ ਦੇ ਕਰੀਬ ਉਹਦੀ ਉਮਰ ਲੱਗਦੀ ਆ ਅਤੇ ਉਹਨੇ ਆ ਕੇ ਐਸ ਐਚ ਓ ਦੇ ਕੋਲ ਆਪਣੀ ਰਿਪੋਰਟ ਦਰਜ ਕਰਾਈ ਆ ਕਿ ਮੇਰੇ ਨਾਲ ਜਿਹੜਾ ਹੈਗਾ ਮੇਰੇ ਪਿੰਡ ਦਾ ਚੇਤਰਾਮ ਜਿਹੜਾ ਮੈਨੂੰ ਸਾਈਕਲ ਦੇ ਉੱਤੇ ਬਿਠਾ ਕੇ ਮੈਂ ਸਬਜ਼ੀ ਲੈਣ ਜਾ ਰਹੀ ਸੀ ਤੁਰਦੀ ਸੀਗੀ ਅਤੇ ਮੇਰੇ ਪਿੰਡ ਦਾ ਬੰਦਾ ਸੀਗਾ ਉਹਨੇ ਮੈਨੂੰ ਫੇਥ 'ਚ ਲਿਆ ਕਿ ਵੀ ਮੈਂ ਤੈਨੂੰ ਉੱਥੇ ਡਰੋਪ ਕਰ ਦਿੰਦਾ ਉਤਾਰ ਦਿੰਦਾ ਅਤੇ ਮੈਂ ਉਹਦੇ ਨਾਲ ਜਿਹੜੀ ਹੈਗੀ ਆ ਗੁੱਡ ਫੇਥ ਦੇ ਵਿੱਚ ਬੈਠਤੀ ਬੈਠ ਕੇ ਅਤੇ ਉਹ ਮੈਨੂੰ ਥੋੜ੍ਹਾ ਜਿਹਾ ਰੋਡ ਪਾਰ ਕਰਕੇ ਅਤੇ ਸਾਈਕਲ ਤੇਜ਼ ਕਰਕੇ ਰੋਡ ਪਾਰ ਕਰਕੇ ਮੈਨੂੰ ਅੱਗੇ ਲਿਜਾ ਕੇ ਅਤੇ ਵਿਸ਼ਵਾਸ ਦੇ ਵਿੱਚ ਮੈਨੂੰ ਇੱਕ ਕਮਰੇ ਦੇ ਵਿੱਚ ਲੈ ਗਿਆ ਉੱਥੇ ਆਲਰੇਡੀ ਜਿਹੜਾ ਓਮ ਪ੍ਰਕਾਸ਼ ਇਹਨਾਂ ਦੇ ਪਿੰਡ ਦਾ ਹੀ ਉੱਥੇ ਬੰਦਾ ਮੌਜੂਦ ਸੀਗਾ ਦੋਨਾਂ ਨੇ ਫੁਰਕੁੰਡੀ ਲਗਾ ਕੇ ਫੋਰਸਬਲੀ ਮੇਰੇ ਨਾਲ ਜਿਹੜਾ ਹੈਗਾ ਰੇਪ ਕੀਤਾ ਦੋਨਾਂ ਨੇ ਵਾਰੀ ਵਾਰੀ ਉਹਨੇ ਸਾਨੂੰ ਆਣ ਕੇ ਇਹ ਆਪਣੀ ਸਟੇਟਮੈਂਟ ਰਿਕਾਰਡ ਕੀਤੀ ਆ ਜਿਹਦੇ 'ਤੇ ਅਸੀਂ FIR ਨੰਬਰ 20 31 ਤਰੀਕ ਨੂੰ ਅਸੀਂ 376D ਦੀ ਅਸੀਂ ਦਰਜ ਕਰਕੇ ਇਮੀਜੀਏਟਲੀ ਜਿਹੜਾ ਹੈਗਾ ਅਸੀਂ ਉਹਦਾ ਮੁੜ ਕੇ ਮੈਡੀਕਲ ਕਰਵਾ ਕੇ ਬਾਕੀ ਤਫਤੀਸ਼ ਜਿਹੜੀ ਹੈਗੀ ਆ ਉਹ ਸਾਡੇ ਕੋਲ ਜਾਰੀ ਹੈਗੀ ਆ ਸੱਚੋ
ਤਫਤੀਸ਼ਬਦੀ ਕਰ ਰਿਹਾ ਸਾਡੀ ਲੇਡੀ ਜਿਹੜੀ ਹੈਗੀ ਸਬ ਇੰਸਪੈਕਟਰ ਸੀਮਾ ਰਾਣੀ ਉਹ ਤਫਤੀਸ਼ੀ ਅਫਸਰ ਹੈਗੀ ਹੈ ਐਸ ਐਚ ਓ ਦੀ ਨਿਗਰਾਨੀ ਦੇ ਹੇਠ ਇਹਦੀ ਤਫਤੀਸ਼ ਹੋ ਰਹੀ ਹੈ ਅਤੇ ਇਹ ਮਸਲਾ ਹੈ ਜੀ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।